ਲੈ ਕੇ ਆ ਗਿਆ ਜੀ, ਮੈਨੂੰ ਮੇਰਾ ਬਣਦਾ, ਮੈਨੂੰ ਤਹਿਸੀਲਦਾਰ ਬਣਾ ਦਿਓ। ਮੈਂ ਬਿਕਰਮ ਜੀ ਨੂੰ ਕਿਹਾ, ਬਿਕਰਮ ਜੀ ਕਹਿੰਦੇ ਵੀ ਇਹਦੇ 4 ਮਹੀਨੇ ਹਲੇ ਰਹਿੰਦੇ ਨੇ, ਜਿੰਨੀ ਉਹ ਸ਼ਰਤ ਹੁੰਦੀ ਹੈ ਜਿਹੜੀ, ਉਹ 4 ਮਹੀਨੇ ਰਹਿੰਦੇ ਆ, 4 ਮਹੀਨਿਆਂ ਤੋਂ ਬਾਅਦ ਤਾਂ ਬਣ ਸਕਦਾ, ਹੁਣ ਹੀ ਬਣ ਨਹੀਂ ਸਕਦਾ, ਕਾਨੂੰਨੀ ਗਲਤ ਹੈ। ਆਪਾਂ ਚੁੱਪ ਕਰਕੇ ਠੀਕ ਹੈ। ਮੁੜ ਕੇ ਕਾਂਗਰਸ ਦੀ ਸਰਕਾਰ ਆ ਗਈ, ਇਹਦੇ ਕੋਲ ਮਾਲ ਮਹਿਕਮਾ ਆ ਗਿਆ, ਉਹਨੂੰ ਤਾਂ ਐਂ ਸੀ ਵੀ ਮੈਂ ਤਾਂ ਹੁਣ ਬਣਿਆ ਬਣਾਇਆ ਹੀ ਹਾਂ। ਉਹ ਜਦੋਂ ਗਿਆ ਤਾਂ ਨਹੀਂ ਬਣਾਇਆ, ਉਹਨੂੰ ਟਾਲਾ ਫਲਾ ਕਰਦਾ, ਸ਼ਰਤ ਵੀ ਉਹ ਤਾਂ ਪੂਰੀ ਹੋ ਗਈ ਸੀ ਟਾਈਮ ਦੀ, ਸਭ ਕੁਛ। ਫਿਰ ਉਹਨੂੰ ਪੁੱਛਿਆ ਵੀ ਤੇਰੀ ਤਾਂ ਇੰਨਾ ਚਿਰ ਲਿਆਜ ਰਹੀ, ਤੂੰ ਇੰਨਾ ਚਿਰ ਵੋਟਾਂ ਪਾਉਂਦਾ ਰਿਹਾ, ਤੈਨੂੰ ਕਿਉਂ ਨਹੀਂ ਬਣਾਇਆ? ਉਹ ਕਹਿੰਦੇ ਜੀ ਪੈਸੇ ਇੰਨੇ ਮੰਗ ਲਏ, ਮੈਂ ਦੇ ਹੀ ਨਹੀਂ ਸੀ ਸਕਦਾ, ਇਸ ਕਰਕੇ ਮੈਂ ਰਹਿ ਗਿਆ। ਜਿਹੜੇ ਹੱਕ ਬਣਦਾ ਸੀ ਜਿਹਨਾਂ ਦਾ, ਉਹ ਤਾਂ ਬਣਾਏ ਨਹੀਂ ਤੂੰ, ਤੂੰ ਦੂਜੇ ਕਿਵੇਂ ਬਣਾਤੇ? ਸੋ ਇਸ ਕਰਕੇ ਹਰ ਗੱਲ ਦੇ ਵਿੱਚ ਇਕੱਲਾ ਇੱਥੋਂ ਤੱਕ ਨਹੀਂ ਸਬਰ ਕੀਤਾ। ਬਠਿੰਡੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਈ, ਕਿੰਨਾ ਰੌਲਾ ਪਿਆ, ਸੜਕਾਂ 'ਤੇ ਧਰਨੇ ਲਾਏ, ਸਾਰੇ ਹੀ ਕਾਂਗਰਸੀ ਜਿੱਤੇ ਸੀ, ਕੋਈ ਅਕਾਲੀ ਨਹੀਂ ਸੀ ਉੱਥੇ ਜਿੱਤਿਆ, ਜਿੱਤਣ ਦਿੱਤਾ ਹੀ ਨਹੀਂ ਸੀ, ਕਾਗਜ਼ ਰੱਦ ਕਰਤੇ ਸੀ ਸਾਰਿਆਂ ਦੇ। ਉੱਥੇ ਕਾਂਗਰਸੀ ਜਿੱਤੇ ਸੀ, ਦੂਜੇ ਧੜੇ ਕੋਲ ਮੈਜੋਰਟੀ ਸੀ, 2 ਵਾਰੀ ਚੋਣ ਮੁਲਤਵੀ ਕੀਤੀ ਗਈ, 3ਵੀਂ ਵਾਰ ਫਿਰ ਰਸਤੇ ਬੰਦ ਕਰਕੇ ਵਿਰੋਧੀਆਂ ਨੂੰ ਆਉਣ ਨਹੀਂ ਦਿੱਤਾ ਗਿਆ। ਉੱਥੇ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੁਇਸਾਈਡ ਕਰ ਗਿਆ, ਉਹਨਾਂ ਤੋਂ ਪੈਸੇ ਵੀ ਲੈ ਲਏ ਅਤੇ ਬਣਾਇਆ ਨਾ, ਉਹਦਾ ਬੜਾ ਰੌਲਾ ਜਾਖੜ ਕੋਲ, ਉਹਦੇ ਘਰ ਵਾਲੇ ਨੇ ਖੁਦ ਕਿਹਾ ਸਾਰਾ ਕੁਛ, ਸੁਨੀਲ ਜਾਖੜ ਕੋਲ। ਉੱਥੇ ਧੱਕੇ ਨਾ, ਉਹਦਾ ਰੌਲਾ ਅੱਜ ਵੀ ਪਈ ਜਾਂਦਾ 55 ਲੱਖ ਰੁਪਏ ਦਾ। ਇਹ ਜਿਹੀਆਂ ਸਾਡੇ ਮਿਊਂਸੀਪਲ ਕਮੇਟੀਆਂ ਦੇ ਵਿੱਚ, ਉੱਥੇ ਮੋਟੀਆਂ ਰਕਮਾਂ ਲੈ ਕੇ ਪ੍ਰਧਾਨ ਬਣਾਏ ਗਏ, ਸਾਰੀ ਟਰੱਕ ਯੂਨੀਅਨ ਆਰਾਮਪੁਰਾ ਪੰਜਾਬ ਦੀ ਸਭ ਤੋਂ ਵੱਡੀ ਯੂਨੀਅਨ ਹੈ, 1800-1900 ਟਰੱਕ ਆ ਉੱਥੇ। 10 ਸਾਲ ਸਾਡਾ ਰਾਜ ਰਿਹਾ, ਕਦੇ ਵੀ ਅਸੀਂ ਕਿਸੇ ਟਰੱਕ ਵਾਲੇ ਤੋਂ 1 ਰੁਪਈਆ ਨਹੀਂ ਸੀ ਕੱਟਦੇ ਹੁੰਦੇ ਖਰਚੇ ਦਾ, ਬਲਕਿ ਸਾਲ ਦੇ ਸਾਲ ਜਿਹੜੇ ਕੋਈ ਪੈਸੇ ਯੂਨੀਅਨ 'ਚ ਵੱਜ ਜਾਂਦੇ ਸੀ, ਉਹਨਾਂ 'ਚ ਮੁਨਾਫਾ ਵੰਡ ਦਿੰਦੇ ਹੁੰਦੇ ਸੀ। ਇਹ ਰਿਕਾਰਡ ਆ ਪੰਜਾਬ 'ਚ, 2 ਯੂਨੀਅਨਾਂ ਸੀ, ਇੱਕ ਭਗਤਾ ਭਾਈਕਾ ਅਤੇ ਇੱਕ ਰਾਮਪੁਰਾ ਮੇਰੇ ਹਲਕੇ 'ਚ, ਦੋਨਾਂ 'ਚ ਹਰ ਸਾਲ ਮੁਨਾਫਾ ਵੰਡਿਆ ਜਾਂਦਾ ਸੀ, ਪੰਜਾਬ 'ਚ ਕਿਤੇ ਨਹੀਂ ਸੀ ਵੰਡਿਆ ਜਾਂਦਾ, ਅਤੇ ਨਾਲ ਕੋਈ ਖਰਚਾ ਨਹੀਂ ਸੀ ਕੱਟਿਆ ਜਾਂਦਾ। ਹੁਣ 1500 ਰੁਪਈਆ ਪ੍ਰਤੀ ਟਰੱਕ 1 ਸੀਜ਼ਨ 'ਚ ਖਰਚਾ ਕੱਟਿਆ ਜਾਂਦਾ, ਮੁਨਾਫਾ ਕੋਈ ਨਹੀਂ ਵੰਡਿਆ ਜਾਂਦਾ। ਇੱਕ ਫੈਕਟਰੀ ਸੀ ਸਾਡੇ ਖਾਦ ਦੀ, ਉੱਥੇ ਲਹਿਰੇ ਬਹਾਬਤ ਥਰਮਲ ਪਲਾਂਟ 'ਚ, ਉੱਥੇ ਟਰੱਕ ਯੂਨੀਅਨ ਕੰਮ ਕਰਦੀ ਸੀ, ਉਹ ਉੱਥੋਂ ਬੰਦ ਕਰਕੇ 2 ਲੱਖ 3 ਕੰਪਨੀਆਂ ਉੱਥੇ ਪ੍ਰਾਈਵੇਟ ਕੰਮ ਕਰਦੀਆਂ ਨੇ ਸੀਮਿੰਟ ਦਾ, ਤਿੰਨਾਂ ਨੂੰ ਕੰਮ ਦੇ ਕੇ 2 ਲੱਖ ਰੁਪਈਆ ਪ੍ਰਤੀ ਕੰਪਨੀ ਉੱਥੋਂ ਇਕੱਠਾ ਆਉਣ ਲੱਗ ਗਿਆ, ਟਰੱਕ ਵਾਲਿਆਂ ਦਾ ਵੀ ਹੋ ਗਿਆ ਜਾਣੀ। ਮੇਰਾ ਮਤਲਬ ਵੀ ਕਿਤੋਂ ਵੀ ਕੋਈ ਥਾਂ ਛੱਡਿਆ ਨਹੀਂ, ਵੀ ਜਿਹੜਾ ਕੋਈ ਆਪਾਂ ਕਹੀਏ ਵੀ ਕਿਤੇ ਕੋਈ ਛੱਡਤਾ ਹੋਵੇ, ਜਿੱਥੇ ਕੋਈ ਮਿਨਿਸਟਰ ਕਿਸੇ ਹਲਕੇ ਦਾ ਹਟ ਜਾਂਦਾ, ਲੋਕਾਂ ਨੂੰ ਥੋੜ੍ਹਾ ਬਹੁਤਾ ਹੁੰਦਾ ਵੀ ਸਾਡਾ ਮਿਨਿਸਟਰ ਸੀ, ਚੰਗਾ ਸੀ, ਹਟ ਗਿਆ। ਪਹਿਲਾ ਮਿਨਿਸਟਰ ਮੈਨੂੰ ਲੱਗਦਾ ਪੰਜਾਬ 'ਚ ਆਪਣੇ 5 ਹਟੇ ਆ, ਕਿਤੇ ਨਹੀਂ ਆਏ ਹੋਏ ਆ ਖਰੜ, ਵੀ ਭਾਵੇਂ ਮਹਾ ਬਲਵੀਰ ਵੀ ਬੜਾ ਬਦਨਾਮ ਸੀ, ਸਿੱਧੂ ਦੱਸਿਆ ਅੱਜ ਉਹਨੇ ਸਾਰਾ ਬਿਆਨ ਦਿੱਤਾ ਹੈਗਾ ਆਪਣੇ ਨੇ, ਵੀਰ ਦਵਿੰਦਰ ਜੀ ਨੇ, ਮੇਰੇ ਕੋਲ ਵੀ ਕਾਫੀ ਕੁਛ ਹੈ, ਅਤੇ ਪਰ ਕਿਤੇ ਨਹੀਂ ਲੱਡੂ, ਸਾਡੇ ਹਲਕੇ 'ਤੇ ਸਾਰੇ 'ਚ ਲੱਡੂ ਵੰਡੇ ਗਏ, ਕੋਈ ਪਿੰਡ ਨਹੀਂ ਜਿੱਥੇ ਲੱਡੂ ਨਾ ਵੰਡੇ ਹੋਣ, ਲੋਕਾਂ ਨੂੰ ਚਾਅ ਚੜ ਗਿਆ ਵੀ ਹਟ ਗਿਆ। ਬੋਰਡ ਲਾ ਤੇ ਕਾਂਗਰਸੀਆਂ ਦੇ ਬੋਰਡ ਲੱਗੇ ਆ, ਇੱਥੇ ਤੁਹਾਨੂੰ ਵਿਖਾ ਦਿੰਦਾ, ਮੇਰੇ ਕੋਲ ਵੀਡੀਓ ਹੈਗੀ ਹੈ, ਕਾਂਗਰਸੀਆਂ ਨੇ ਬੋਰਡ ਲਾਏ ਆ, ਧੰਨਵਾਦ ਕੀਤਾ ਚੰਨੀ ਜੀ ਦਾ, ਹੋਰਾਂ ਦਾ, ਇਹ ਵੀ ਮੈਨੂੰ ਤਾਂ ਪਤਾ ਲੱਗਿਆ ਕੋਈ ਕਾਂਗਰਸੀ ਇਕੱਠੇ ਹੋ ਕੇ ਧੰਨਵਾਦ ਕਰਨ ਇੱਥੇ ਲੋਕਲ ਲੈਵਲ 'ਤੇ ਵੀ ਆਉਣਗੇ। ਹੁਣ ਇਹੋ ਜਿਹਾ ਮਿਨਿਸਟਰ ਜੀ ਦਾ ਇਹ ਹਾਲ ਹੋਵੇ ਕਿ ਲੋਕ ਹਟਣ 'ਤੇ ਇੰਨੇ ਖੁਸ਼ ਹੋਏ ਹੋਣ, ਥਾਂ ਥਾਂ ਲੱਡੂ ਵੰਡੇ ਜਾਂਦੇ ਰਹਿੰਦੇ ਹੋਣ, ਅਤੇ ਉਹ ਆਖੇ ਮੈਂ ਬੜਾ ਕੰਮ ਕੀਤਾ, ਮੈਂ ਬੜਾ ਕਾਬਲ ਮਿਨਿਸਟਰ ਹਾਂ, ਕੰਮ ਕੁੰਮ ਤਾਂ ਹਲਕੇ 'ਚ ਇੱਕ ਵੀ ਨਹੀਂ, ਸਿੰਗਲ ਵੀ ਕੋਈ ਕੰਮ ਨਹੀਂ ਜਿਹੜਾ ਕਿ ਉਹ ਗਿਣਾ ਸਕਦਾ ਹੋਵੇ। ਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਆਪੇ ਦੁੱਧ ਧੋਤੇ ਨਹੀਂ ਬਣਨਾ ਚਾਹੀਦਾ, ਫੈਸਲਾ ਤਾਂ ਲੋਕ ਹੀ ਕਰਦੇ ਨੇ। ਬੋਲ ਬੋਲ ਤਾਂ ਤੇਰਾ ਹਲਕਾ ਰਿਹਾ, ਹੁਣ ਵੀ ਉੱਥੇ ਤੇਰੇ ਮਗਰੋਂ ਕਿੰਨਾ ਲੋਕਾਂ ਨੂੰ ਚਾਅ ਚੜਿਆ ਤੇਰੇ ਹਟ ਜਾਣ ਦਾ, ਤੂੰ ਆਪ ਹੀ ਕਹੀ ਜਾਵੇਂ ਮੈਂ ਬਹੁਤ ਚੰਗਾ, ਮੈਂ ਬਹੁਤ ਤਰੱਕੀ, ਮੈਂ ਬੜੇ ਕੰਮ ਕਰਾਏ, ਮੈਂ ਬੜੀ ਸੇਵਾ ਕੀਤੀ, ਮੈਂ ਲਾਲ ਖੀਰ, ਲਾਲ ਖੀਰ ਤਾਂ ਬਿਕਰਮ ਸਿੰਘ ਹੋਰੀ ਕਰ ਗਏ ਸੀ, ਮਜੀਠਾ ਸਾਹਿਬ ਵਾਲੀ ਹੋ ਗਿਆ ਸੀ ਸਾਰਾ, ਇਹਨੇ ਲਾਲ ਖੀਰ ਦਾ ਕਿਹੜਾ ਕੋਈ ਨਵਾਂ ਕੰਮ ਕੀਤਾ? ਸੋ ਟੋਟਲ ਝੂਠ ਦਾ ਜਿਹੜਾ ਮੈਂ ਸਮਝਦਾ ਵੀ ਇਹ ਪੁੱਛਦੇ ਸਾਡਾ ਕਸੂਰ ਕੀ ਹੈ, ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਵੇਖ ਲਓ ਦਿੱਲੀ ਜਾ ਕੇ, ਉਹਦੇ ਸਾਰਾ ਕੁਛ ਲਿਖਿਆ ਵਾ, ਉੱਥੇ ਤੁਹਾਨੂੰ ਪਤਾ ਲੱਗ ਜੂ ਤੁਹਾਡਾ ਕਸੂਰ ਕੀ ਹੈ, ਤੁਹਾਡੇ ਦੋਨਾਂ ਦੇ ਡਿਟੇਲ ਨਾਲ ਲਿਖਿਆ ਵਾ ਸਾਰਾ ਕੁਛ। ਜੇ ਤੁਸੀਂ ਕਸੂਰ ਪੁੱਛਣਾ ਤਾਂ ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਵੇਖ ਲਓ ਜਾ ਕੇ, ਉੱਥੇ ਤੁਹਾਨੂੰ ਪਤਾ ਲੱਗ ਜੂ ਕਸੂਰ ਕੀ ਹੈ। ਕਿਸੇ ਕਸੂਰ ਤੋਂ ਬਿਨਾਂ ਤਾਂ ਨਹੀਂ ਨਾ ਉਸ ਗੱਲ ਦੇ ਵਿੱਚ, ਕਿਸੇ ਗੱਲ ਦੇ ਵਿੱਚ ਹਟਦਾ, ਜੇ ਤੁਹਾਨੂੰ ਕੱਢਿਆ ਤਾਂ ਕਿਸੇ ਕਸੂਰ ਕਰਕੇ ਕੱਢਿਆ ਹੋਊਗਾ, ਅਤੇ ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਤਾਂ ਸਾਨੂੰ ਵੀ ਪਤਾ ਹੈ, ਤੁਸੀਂ ਵੇਖ ਲਓ ਜਾ ਕੇ, ਪਤਾ ਤਾਂ ਤੁਹਾਨੂੰ ਵੀ ਹੋਊਗਾ, ਪਰ ਤੁਸੀਂ ਵੇਖ ਲਓ ਜਾ ਕੇ ਉੱਥੇ ਕੱਢ ਲਓ। ਸੋ ਇਸ ਤਕਾਂ ਦੇ ਗੱਲ ਦਾ ਮੈਨੂੰ ਗੁੱਸਾ ਤਾਂ ਇਹ ਹੈ ਵੀ ਜਿਹੜਾ ਬੰਦਾ ਐਡਾ ਵੱਡਾ ਝੂਠ ਬੋਲ ਸਕਦਾ ਕਿ ਸਾਡੇ ਪਰਿਵਾਰ ਦੇ 4 ਬੰਦੇ ਮਰਡਰ ਹੋ ਗਏ, ਇਹਦਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਭਾਵੇਂ ਤੁਸੀਂ ਵੀ ਪਤਾ ਕਰਕੇ ਉੱਥੇ ਭੇਜ ਕੇ ਕੋਈ ਬੰਦਾ ਮੰਗਾ ਲਓ, ਵੀ ਗੱਲ ਇਹਨਾਂ 'ਚੋਂ ਜਿਹੜੀਆਂ ਗੱਲਾਂ ਮੈਂ ਕਹੀਆਂ ਕੋਈ ਇੱਕ ਝੂਠੀ ਹੈਗੀ ਹੈ, ਅਤੇ ਜਿਹੜੀਆਂ ਉਹਨੇ ਕਹੀਆਂ ਉਹਨਾਂ 'ਚ ਕੋਈ ਸੱਚੀ ਹੈਗੀ ਹੈ, ਕਰਾ ਸਕਦੇ ਹਾਂ ਪਤਾ। ਅਤੇ ਮੈਂ ਕਹਿੰਦਾ ਇੰਨੇ ਜ਼ਿੰਮੇਵਾਰ ਪੋਸਟਾਂ 'ਤੇ ਰਹਿ ਕੇ ਬੰਦਿਆਂ ਨੇ ਫਿਰ ਸੋਚਣਾ ਕਿ ਸਾਡਾ ਕਸੂਰ ਕੀ ਹੈ, ਇੰਨੇ ਝੂਠ ਬੋਲਣੇ, ਉਦੋਂ ਬਾਅਦ ਵੀ ਜਿਹੜੇ ਬਿਨਾਂ ਮਤਲਬ ਦੋਸ਼ ਵਿਦੋਸ਼ ਲਾਉਣੇ। ਕੱਲ੍ਹ ਇੱਕ ਸਪੋਕਸਮੈਨ ਦੇ ਵਿੱਚ ਮੈਂ ਅੱਜ ਬਿਆਨ ਜਿਹਾ ਪੜਿਆ, ਕੱਲ੍ਹ ਬੋਲਿਆ ਮਾੜਾ ਜਿਹਾ, ਮਲੂਕਾ ਸਾਹਿਬ ਮੈਥੋਂ ਵੱਡੇ ਆ, ਉਹਨਾਂ ਨੂੰ ਜਾਤੀ ਨਹੀਂ ਕਰਨਾ ਚਾਹੀਦਾ, ਫਲਾਨਾ, ਤੂੰ ਫਿਰ ਤੂੰ ਕਾਹਦੇ ਝੂਠ ਬੋਲ ਕੇ ਗਿਆ ਇੱਥੇ ਵੀ 4-4 ਮਰਡਰ ਸਿਰ ਲਾਉਣੇ ਕਿਸੇ ਬੰਦੇ ਦੇ, ਜਿਹੜੀ ਕਿ ਹੋਈ ਨਾ ਹੋਵੇ ਗੱਲ, ਇੱਦੂ ਤਾਂ ਫਿਰ ਨੀਵੀਂ ਪੱਧਰ ਦੀ ਕੋਈ ਸਿਆਸਤ ਦੁਨੀਆਂ ਦੇ ਵਿੱਚ ਮੈਂ ਤਾਂ ਕਹਿੰਦਾ ਅੱਜ ਤਾਈਂ ਹੋ ਹੀ ਨਹੀਂ ਸਕਦੀ। ਸੋ ਵੀ ਇਹੋ ਜਿਹੇ ਬੰਦਿਆਂ ਨੇ ਪਾਰਟੀਆਂ ਨੂੰ ਬਦਨਾਮ ਕਰਦੇ ਨੇ, ਇਹੋ ਜਿਹੇ ਬੰਦੇ ਸਰਕਾਰ
ਪਰ 2 ਸਾਲਾਂ 'ਚ ਬਣ ਗਿਆ। ਸਾਡੇ ਮੰਤਰੀ ਦੀ ਕੋਠੀ ਬਣਦੀ ਨੂੰ 5 ਸਾਲ ਹੋ ਗਏ ਜੀ, ਹਲੇ ਬਣੀ ਨਹੀਂ। 5 ਸਾਲ ਹੋ ਗਏ, 2 ਸਾਲ ਹਲੇ ਹੋਰ ਲੱਗਣਗੇ। ਇਹ ਹਿਸਾਬ ਲਾ ਲਓ ਫਿਰ, ਜਿਹੜਾ ਇੱਕ ਵਜ਼ੀਰ ਦੀ ਕੋਠੀ 5 ਸਾਲਾਂ 'ਚ ਮੁਕੰਮਲ ਨਹੀਂ ਹੋਈ, ਹਲੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲੀ ਜਾਂਦੇ ਨੇ, ਅਤੇ ਮੁੱਖ ਮੰਤਰੀ ਦਾ ਘਰ ਬਣ ਗਿਆ 2 ਸਾਲਾਂ ਦੇ ਵਿੱਚ। ਇੱਥੋਂ ਲਾਓ ਆਪਾਂ ਸਾਰੇ ਅੰਦਾਜ਼ੇ। ਹਲੇ ਵੀ ਜੇ ਗਿਣਦੇ ਆ ਕਿ ਅਸੀਂ ਤਾਂ ਕੁਛ ਨਹੀਂ ਕੀਤਾ ਜੀ, ਅਸੀਂ ਤਾਂ ਗਰੀਬ ਹੈ ਜੀ, ਅਸੀਂ ਤਾਂ ਫਲਾਨਾ ਜੀ, ਅਸੀਂ ਤਾਂ ਬਿਲਕੁਲ ਪਾਕ ਹੈ, ਦੁੱਧ ਧੋਤੇ ਹਾਂ ਦੋਨੇ, ਉਹ ਦੂਜਾ ਵੀ ਮੇਰਾ ਗੁਆਂਢੀ ਹੈ, ਤਪੇ ਦਾ ਹੀ ਹੈ, ਬਲਵੀਰ ਸਿੱਧੂ ਵੀ ਸਾਡੇ ਪਿੰਡਾਂ ਕੋਲ ਦਾ ਹੀ ਹੈ, ਮੇਰੇ ਪਿੰਡ ਦੇ ਨੇੜੇ ਦਾ ਹੀ ਹੈ, ਤਪੇ ਦਾ ਹੀ ਹੈ। ਜੇ ਇਹਨਾਂ ਨੂੰ ਬਹੁਤਾ ਹੀ ਹੈ, ਮੈਂ 10 ਸਾਲ ਮਿਨਿਸਟਰ ਰਿਹਾ, ਸਰਕਾਰ ਮੈਨੂੰ ਪਾਰਟੀ ਦੇ ਵਿੱਚ 45 ਸਾਲ ਹੋ ਗਏ, 46 ਸਾਲ, 10 ਸਾਲ ਮੈਂ ਮਿਨਿਸਟਰ ਰਹਿ ਗਿਆ, ਬਾਕੀ ਵੀ ਪਹਿਲਾਂ ਵੀ 78 ਦੇ ਵਿੱਚ ਵੀ ਮੈਂ ਚੇਅਰਮੈਨ ਰਿਹਾ ਪੰਜਾਬ ਲੈਂਡਮਾਰਕਸ ਬੈਂਕ ਦਾ। ਮੈਂ ਇਹਨਾਂ ਨੂੰ ਕਹਿੰਦਾ ਵੀ ਜੇ ਵਾਕਈ ਤੁਸੀਂ ਵਾਕਈ ਸਾਫ ਸੁਥਰੇ ਹੈ, ਆਪਣੇ MLA ਬਣਨ ਤੋਂ ਪਹਿਲਾਂ, ਮੇਰਾ ਵੀ MLA ਬਣਨ ਤੋਂ ਪਹਿਲਾਂ, ਉਹਨਾਂ ਦਾ ਵੀ MLA ਬਣਨ ਤੋਂ ਪਹਿਲਾਂ, ਜੋ ਜਾਇਦਾਦ ਸੀ ਉਹ ਛੱਡ ਦਿਆਂਗੇ ਸਾਰੀ, ਉਦੋਂ ਬਾਅਦ ਵਾਲੀ ਜਾਇਦਾਦ ਹੈ ਚਾਹੇ ਨਾਮੀ ਬੇਨਾਮੀ ਜੋ ਜੋ ਵੀ ਹੈ ਕਿਤੇ ਵੀ ਕਿਸੇ ਦੀ ਹੈਗੀ ਵਿੰਗੀ ਟੇਢੀ ਜੋ ਵੀ ਹੈਗਾ, ਅਤੇ ਮੇਰੇ ਨਾਲ ਬਟਾ ਲੈਣ ਫਿਰ। ਮੈਂ ਤਾਂ 10 ਸਾਲ ਵਜ਼ੀਰ ਰਿਹਾ, ਉਹ ਤਾਂ 3.5 ਸਾਲ ਬੜਾ ਰਹੇ ਦੋਨੇ ਜਣੇ ਵਜ਼ੀਰ, ਅਤੇ ਜੇ ਉਹਨਾਂ ਨੂੰ ਵਾਕਿਆ ਹੀ ਲੱਗਦਾ ਤਾਂ ਮੇਰੇ ਨਾਲ ਬਟਾ ਲੈਣ ਫਿਰ, ਕੋਈ ਜਿਹਦੀ ਦੋਨਾਂ 'ਚੋਂ ਮਰਜ਼ੀ ਖੁੱਲ੍ਹੀ ਛੁੱਟੀ ਹੈ, ਬਲਵੀਰ ਸਿੰਘ ਨੇ ਬਟਾਉਣੀ ਚਾਹੁੰਦੀ ਉਹ ਬਟਾ ਲਏ, ਕਾਂਗੜ ਬਟਾਉਣਾ ਚਾਹੁੰਦਾ ਉਹ ਬਟਾ ਲਏ, ਮੈਂ ਤਾਂ ਖੁਸ਼ ਹਾਂ। ਇਹ ਕਰ ਲੈਣ ਫਿਰ, ਜੇ ਉਹਨਾਂ ਨੇ ਜੋ ਹੀ ਨਹੀਂ ਕੁਛ ਕੀਤਾ, ਬਿਲਕੁਲ ਸੱਚੇ ਸੁੱਚੇ ਨੇ, ਅਤੇ ਮੈਨੂੰ ਦੋਨਾਂ ਦੀ ਜ਼ਮੀਨਦਾਰ ਦਾ ਪਤਾ ਪਹਿਲਾਂ ਇਹਨਾਂ ਦੀ MLA ਬਣਨ ਤੋਂ ਕੀ ਕੁਛ ਸੀਗਾ, ਮੈਨੂੰ ਦੋਨਾਂ ਬਾਰੇ ਪਤਾ, ਅਤੇ ਕਰ ਲੈਣ ਸੌਦਾ। ਸੋ ਇਹ ਜੇ ਬੰਦੇ ਜਿਹੜੇ ਹੈਗੇ ਆ, ਇੰਨਾ ਝੂਠ ਬੋਲਦੇ ਆ ਪ੍ਰੈਸ ਕਾਨਫਰੰਸਾਂ ਦੇ ਵਿੱਚ, ਇੰਨਾ ਰੋ ਕੇ ਡਰਾਮਾ ਕਰਦੇ ਆ ਲੋਕਾਂ ਦੀ ਹਮਦਰਦੀ ਲੈਣ ਦੀ ਖਾਤਰ, ਇਹ ਗਲਤ ਨੇ ਗੱਲਾਂ। ਪੋਲੀਟਿਕਸ ਦੇ ਵਿੱਚ ਇਹ ਹੁੰਦੀਆਂ ਰਹਿੰਦੀਆਂ ਗੱਲਾਂ ਨੇ, ਇੰਨਾ ਨਹੀਂ ਨੀਵੀਂ ਪੱਧਰ 'ਤੇ ਬੰਦਿਆਂ ਨੂੰ ਕਦੇ ਵੀ ਜਾਣਾ ਚਾਹੀਦਾ ਕਿ ਇੱਥੋਂ ਤੱਕ ਨੀਵੀਂ ਪੱਧਰ 'ਤੇ ਜਾ। ਨਹੀਂ ਨਹੀਂ, ਮੈਂ ਤਾਂ ਆਫਰ ਕਰ ਰਿਹਾ ਜੀ, ਮੈਂ ਤਾਂ ਆਫਰ ਓਪਨਲੀ ਕਰ ਰਿਹਾ, ਕੋਈ ਚੈਨਲ ਦੀ ਮੈਨੂੰ ਕੀ ਕਹਿਣ ਦੀ ਗੱਲ ਹੈ, ਮੈਂ ਤਾਂ ਓਪਨਲੀ ਜਿਹੜੀ ਕਰਤੀ ਮੈਂ ਮੁਕਰੂੰਗਾ ਕਿਵੇਂ, ਕਰ ਦਿਓ ਤੁਸੀਂ ਉਹਨਾਂ ਨੂੰ ਪੁੱਛ ਲਿਓ, ਆ ਜਾ ਪੂਰਾ ਖੁੱਲ੍ਹਾ ਜਾ ਹੈ ਨਹੀਂ, ਮੈਂ ਚੈਨਲ 'ਤੇ ਮੈਂ ਜ਼ਿੰਮੇਵਾਰ ਬੰਦਾ, ਐਵੇਂ ਥੋੜ੍ਹੇ ਚੈਨਲਾਂ 'ਤੇ ਕਹਿ ਕੇ ਮੈਂ ਕਿਵੇਂ ਭੱਜੂਗਾ, ਕਿਵੇਂ ਤੁਸੀਂ ਮੈਨੂੰ ਕਿਵੇਂ ਭੱਜਣ ਦਿਓਗੇ, ਹੁਣ ਤਾਂ ਗੱਲ ਸਾਰੇ ਗਈ। ਹਾਂ ਵੈਸੇ ਤਾਂ ਜਿਹੜਾ ਮਹਿਕਮੇ ਵੰਡਣੇ ਕਰਨੇ ਕਾਂਗਰਸ ਪਾਰਟੀ ਦਾ ਕੰਮ ਹੈ ਜਾਂ ਮੇਨ ਮੁੱਖ ਮੰਤਰੀ ਦਾ ਕੰਮ ਹੈ, ਮੇਰੀ ਆਪਣੀ ਜਾਤੀ ਰਾਇ ਹੈ ਕਿ ਹੋਮ ਅਤੇ ਵਿਜੀਲੈਂਸ ਜੇ ਚੰਨੀ ਸਾਹਿਬ ਮੁੱਖ ਮੰਤਰੀ ਜੀ ਆਪਣੇ ਕੋਲ ਰੱਖਦੇ ਤਾਂ ਚੰਗਾ ਸੀ, ਵਧੀਆ ਸੀ, ਜ਼ਿਆਦਾ ਬੈਟਰ ਸੀ, ਬਾਕੀ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਕਿਵੇਂ ਕੀਤਾ ਕੀ। ਕਾਰਨ ਤਾਂ ਵਿਚਾਰੇ ਚੰਨੀ ਸਾਹਿਬ 'ਤੇ ਦਬਾਅ ਹੀ ਹੋ ਸਕਦਾ, ਹੋਰ ਕੀ, ਨਹੀਂ ਤਾਂ ਹੋਮ ਮਿਨਿਸਟਰ ਹੋਮ ਮਹਿਕਮਾ ਚੀਫ ਮਿਨਿਸਟਰ ਤਕਰੀਬਨ ਆਪਦੇ ਕੋਲ ਹੀ ਰੱਖਦਾ ਹੁੰਦਾ, ਨਹੀਂ ਬਾਹਰ ਜਾਂਦਾ ਹੁੰਦਾ, ਨਹੀਂ ਉਹ ਤਾਂ ਸਾਰੇ ਤੋਂ ਆਪਾਂ ਨੂੰ ਪਤਾ ਹੀ ਆ, ਡਿਪਟੀ ਸੀ ਐਮ ਅਤੇ ਸੀ ਐਮ 'ਚ ਤਾਂ ਕੋਈ ਫਰਕ ਹੀ ਨਹੀਂ ਸੀ ਨਾ, ਉੱਥੇ ਤਾਂ ਇੱਕੋ ਹੀ ਗੱਲ ਸੀਗੀ, ਕਰਚੀ ਗੱਲ ਸੀਗੀ ਸਾਰੀ। ਟਰਾਂਸਪੋਰਟ ਮਹਿਕਮਾ ਮੈਨੂੰ ਲੱਗਦਾ ਉਹਨੇ ਮੰਗ ਹੀ ਲਿਆ ਆਪਣੇ ਲੈਵਲ 'ਤੇ, ਮੇਰੀ ਸਮਝ ਦੇ ਮੁਤਾਬਕ ਵੀ, ਕਿਉਂਕਿ ਉਹਨੂੰ ਜਿਹੜੇ ਲੋਕਲ ਉਹਦਾ ਕੈਂਡੀਡੇਟ ਆ ਉੱਥੇ ਗਿੱਦੜੋਏ, ਉਹਨਾਂ ਕੋਲ ਵੱਡੀ ਟਰਾਂਸਪੋਰਟ ਆ ਕਾਫੀ, 250 ਗੱਡੀ ਹੈ, ਉਹਨਾਂ ਨੇ ਇੜਿੰਗੇ ਬੜਿੰਗੇ ਕਰੂਗਾ ਕੁਛ, ਬਾਦਲ ਸਾਹਿਬ ਕਹਿੰਦਾ ਵੀ ਇੜਿੰਗੇ ਬੜਿੰਗੇ ਮੈਨੂੰ ਲੱਗਦਾ ਕਰੂਗਾ, ਭਾਵੇਂ ਕਾਨੂੰਨੀ ਤੌਰ 'ਤੇ ਹੁੰਦਾ ਕੁਛ ਨਹੀਂ ਹੁੰਦਾ, ਕਿਉਂਕਿ ਜ਼ਿਆਦਾ ਚੀਜ਼ਾਂ ਕਾਨੂੰਨੀ ਤੌਰ 'ਤੇ ਹੀ ਹੁੰਦੀਆਂ ਨੇ, ਪਰ ਚਲੋ ਉਹਦੇ ਮਨ ਦੇ ਵਿੱਚ ਉਹਦੀ ਮਨ ਦੀ ਇੱਛਾ ਹੈ ਪੂਰੀ ਹੋ ਜੂਗੀ ਉਹ ਵੀ ਲੋਕਾਂ 'ਚ, ਕਿ ਮੈਂ ਟਰਾਂਸਪੋਰਟ ਜੇ ਸਾਨੂੰ ਮਿਲ ਗਿਆ ਤਾਂ ਮੈਂ ਕਰੂੰਗਾ, ਮੈਂ ਉਹ ਕਰੂੰਗਾ, ਉਹ ਹੁਣ ਆਪਾਂ ਨੂੰ ਉਹ ਵੀ ਪਤਾ ਲੱਗ ਜੂਗਾ ਮਹਿਕਮਾ ਟਰਾਂਸਪੋਰਟ ਉਹਦੀ, ਉਹਨੇ ਮੰਗ ਕੇ ਲਿਆ ਹੋਊਗੀ। ਨਹੀਂ ਮੈਂ ਤਾਂ ਕਿਹਾ ਵੀ ਬਾਦਲ ਸਾਹਿਬ ਕੋਲ ਵੀ ਟਰਾਂਸਪੋਰਟ ਹੈਗੀ, ਉਹ ਡੀਪੀ ਕੋਲ ਵੀ 250-300 ਬੱਸ ਹੈਗੀ ਉਹਦੇ ਕੋਲ, ਉਹ ਵੀ ਜਿਹੜਾ ਐਪੋਨੈਂਟ ਹੈ ਨਾ। ਨਹੀਂ ਦੇਖੋ, ਕਿਸੇ ਦੀ ਚੀਜ਼ ਕੋਈ ਆਪਾਂ ਇਉਂ ਨਹੀਂ ਬੰਦ ਕਰ ਸਕਦੇ ਕਿਸੇ ਦੀ, ਜਦ ਤਾਂ ਸਾਰੀ ਟਰਾਂਸਪੋਰਟ ਹੀ ਕੌਮੀ ਕਰਨੀ ਪਊਗੀ, ਜੇ ਇਹਨਾਂ ਨੇ ਕੋਈ ਕਰਨਾ ਸਟੈਪ ਚੱਕਣਾ ਸਰਕਾਰ ਨੇ, ਫਿਰ ਟੋਟਲ ਪੰਜਾਬ ਦੀ ਜਿਹੜੀ ਟਰਾਂਸਪੋਰਟ ਹੈ ਉਹ ਸਾਰੀ ਕੌਮੀ ਕਰਨੀ ਪਊਗੀ, ਇੱਕ ਦੀ ਨਹੀਂ ਕਰ ਸਕਦੇ ਤੁਸੀਂ ਕਿਸੇ ਦੀ, ਕੋਈ ਰੂਲ ਕਾਨੂੰਨ ਹੀ ਨਹੀਂ ਹੈਗਾ ਕਿ ਇੱਕ ਨੂੰ ਤੁਸੀਂ ਛੇੜ ਲਓ, ਜਾਂ ਤਾਂ ਸਾਰੀ ਟੋਟਲ ਦੀ ਟੋਟਲ ਵਿੱਚੇ, ਫਿਰ ਕਾਂਗਰਸ ਵੀ ਜਾਣਗੇ ਵੇਖ ਲੈਣ ਪੰਗਾ ਲੈ ਕੇ, ਅਤੇ ਜਾਂ ਫਿਰ ਇਕੱਲੇ ਨੂੰ ਨਹੀਂ ਛੇੜ ਸਕਣਗੇ। ਹਾਂ ਕੋਈ ਕੋਈ ਇੱਕ ਅੱਧੇ ਰੂਟ 'ਚ ਕੋਈ ਫਰਕ ਹੋਇਆ ਜਾਂ ਹੋਰ, ਮੈਨੂੰ ਨਹੀਂ ਪਤਾ ਇਸ ਬਾਰੇ ਟਰਾਂਸਪੋਰਟ ਦੇ ਬਾਰੇ ਵਾਲਾ, ਉਹ ਉੱਥੇ ਕੋਈ ਹੋਊਗਾ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਫਿਰ ਕੀ ਕੋਰਟ ਕਾਨੂੰਨ ਸਾਰੀਆਂ ਕਚਹਿਰੀਆਂ ਹੈਗੀਆਂ ਨੇ। ਵੇਖੋ ਤਾਂ ਸਰਕਾਰ ਨੇ ਸੋਚਿਆ ਹੋਣਾ ਵੀ ਕਿਉਂ ਲਾਇਆ ਕਿਵੇਂ ਲਾਇਆ, ਸੈਣੀ ਸਾਹਿਬ ਦੇ ਉਹ ਵਕੀਲ ਰਹੇ, ਇਹਦੇ 'ਚ ਕੋਈ ਦੋ ਰਿਹਾ ਨਹੀਂ, ਪਰ ਮੈਂ ਇਸ ਗੱਲ 'ਚ ਵੀ ਵਾਹਲਾ ਨਹੀਂ ਜਾਂਦਾ, ਕਿਉਂਕਿ ਵਕੀਲ ਤਾਂ ਜਦੋਂ ਵਿਹਲੇ ਹੁੰਦੇ ਉਹਨਾਂ ਨੇ ਕਿਸੇ ਨਾ ਕਿਸੇ ਦਾ ਹੋਣਾ ਹੀ ਹੁੰਦਾ, ਉਹ ਤਾਂ ਜਿਹੜਾ ਪੈਸੇ ਦੇ ਉਹਨਾਂ ਨੇ ਹੋ ਹੀ ਜਾਣਾ, ਭਾਵੇਂ ਕੋਈ ਜਾਵੜੋ, ਚੋਰ ਜਾਵੜੇ, ਸਾਧ ਜਾਵੜੇ,
ਕਤਲ ਹੋਏ ਵਾਲਾ ਜਾਵੜੇ, ਕਤਲ ਕੀਤੇ ਵਾਲਾ ਜਾਵੜੇ, ਵਕੀਲ ਕੋਲ ਤੁਸੀਂ ਜਾਵੜੋ, ਜੇ ਤੁਸੀਂ ਕਤਲ ਕਰਕੇ ਗਏ ਉਹ ਆਖੂ ਬੇਫਿਕਰ ਹੋ ਜਾਓ, ਬਰੀ ਕਰਾ ਦੂੰਗਾ, ਚਿੰਤਾ ਨਾ ਕਰੋ। ਜੇ ਜਿਹਦਾ ਕਤਲ ਹੋਇਆ ਉਹ ਜਾਵੜੇ, ਆਖੂ ਫਾਂਸੀ ਤੋਂ ਘੱਟ ਮੈਂ ਰਹਿਣ ਨਹੀਂ ਦਿੰਦਾ ਬੇਫਿਕਰ, ਤੂੰ ਚਿੰਤਾ ਹੀ ਨਾ ਕਰ। ਸੋ ਵਕੀਲਾਂ ਤਾਂ ਪੈਸੇ ਲੈਣੇ ਹੁੰਦੇ, ਕੋਈ ਜਾਵੜੇ ਉਹ ਪੈਸੇ ਲੈ ਕੇ ਕੰਮ ਕਰਦੇ ਨੇ, ਉਹਨਾਂ ਦਾ ਕੋਈ ਨਾ ਕਿਸੇ ਸੈਣੀ ਨਾਲ ਸੰਬੰਧ ਹੁੰਦਾ, ਨਾ ਕਿਸੇ ਹੋਰ ਪਾਰਟੀ ਨਾਲ ਹੁੰਦਾ, ਉਹਨਾਂ ਦਾ ਆਪਦੇ ਕੰਮ ਨਾਲ ਹੀ ਵਿਹਾਰ ਹੁੰਦਾ। ਗਾਂਹ ਵਾਲਾ ਜਿਹੜਾ ਉਹਦਾ ਐਟੀਚਿਊਡ ਹੁਣ ਨਵਾਂ ਆਊਗਾ, ਉਹਦੇ ਤੋਂ ਪਤਾ ਲੱਗੂਗਾ ਕੀ ਕਰਨਾ। ਠੀਕ ਹੈ, ਹਾਂਜੀ ਆ ਜਾਓ ਪੀਸੀਆਰ, ਪੀਸੀਆਰ ਥੈਂਕ ਯੂ ਜੀ, ਜੀ ਆਇਆਂ ਨੂੰ ਸਾਰਿਆਂ ਨੂੰ ਪੀਸੀਆਰ ਮੰਜੂ, ਫਰੇਮ ਦੇ ਦੇ, ਡਬਲ ਫਰੇਮ ਦੇ ਦੇ, ਜੋੜ ਦਿਓ ਜੋੜ ਦਿਓ, 1 2 3 ਨਿਪਿੰਦਰ ਜੱਗ, 1 2 3 1 2 3 1 2 3 1 2 3 1 2 3 1 2 3 ਮੀਂਹ ਫਸ ਗਈ ਮਾਈਕ, ਕਲੀਅਰ ਕਰ ਲਾ, ਆਉਣ ਦਿਓ ਆਉਣ ਦਿਓ ਆਉਣ ਦਿਓ, ਵਾਈਟ ਰੱਖੀ ਠੀਕ ਹੈ, ਇੱਧਰ ਅੰਬਰ ਤੇ ਆ ਗਿਆ ਅੰਬਰ।